ਇੱਕ ਕੰਟਰੋਵਰਸੀ ਚੱਲ ਰਹੀ ਹੈਗੀ ਹੈ ਸੁਹੇਲ ਅਹਿਮਦ ਸਾਹਿਬ ਦੀ ਤੇ ਆਫਤਾਬ ਸਾਹਿਬ ਦੀ, ਕੀ ਕਹਿਣਾ ਚਾਹੋਗੇ ਤੁਸੀਂ ਉਸ ਬਾਰੇ? ਮੈਨੂੰ ਇਹ ਬਤਾਏ ਕਿ ਹਮਾਰੀ ਆਵਾਮ ਕੀ ਬੜੀ ਖੁਆਇਸ਼ ਹੈ ਕਿ ਆਪ ਪੰਜਾਬੀ ਫਿਲਮੋਂ ਮੇਂ ਕਬ ਤੱਕ ਆ ਰਹੇ, ਮਤਲਬ ਚੜ੍ਹਦੇ ਪੰਜਾਬ ਦੀ ਪੰਜਾਬੀ ਫਿਲਮਾਂ 'ਚ ਕਦੋਂ ਤੱਕ ਆਉਣ ਦੀ ਤੁਹਾਡੀ ਹੈਗੀ ਹੈ? ਅਸਲਾਮ ਵਾਲੇਕੁਮ ਨਾਜ਼ਰੀਨ, ਨਾਜ਼ਰੀਨ ਆਜ ਹਮਾਰੇ ਸਾਥ ਅਮਾਨਤ ਚੰਦ ਸਾਹਿਬ ਹੈ, ਮਸ਼ਹੂਰ ਪਾਕਿਸਤਾਨ ਕਾ ਅਸਾਸਾ, ਤੋ ਆਜ ਹਮੇਂ ਬੜੀ ਮੁਸ਼ਕਿਲ ਸੇ ਔਰ ਸਰ ਨੇ ਬੜੇ ਅੱਛੇ ਤਰੀਕੇ ਸੇ ਟਾਈਮ ਦੀਆ ਹੈ, ਤੋ ਆਏ ਸਰ ਸੇ ਪੁੱਛਤੇ ਹੈਂ ਸਰ ਕੇ ਹਾਲ ਹਵਾਲ। ਅਸਲਾਮ ਵਾਲੇਕੁਮ ਸਰ। ਵਾਲੇਕੁਮ ਸਲਾਮ। ਸਰ ਕੈਸੇ ਆਂ ਜੀ? ਠੀਕ ਸਰ। ਸਭ ਸੇ ਪਹਿਲੇ ਤੋ ਆਪਕਾ ਬਹੁਤ ਜ਼ਿਆਦਾ ਸ਼ੁਕਰੀਆ ਕਿ ਆਪਨੇ ਟਾਈਮ ہماری عوام کی بڑی خواہش ہے کہ آپ پنجابی فلموں میں کب تک آ رہے ہیں، مطلب چڑھتے پنجاب دی پنجابی فلموں میں کب تک آن دی تہاڈی ہے؟ او اصل چ بیزی ہے نا، ٹائم نہیں ملدا۔ اچھا بیزی ہو، ٹائم نہیں ملدا؟ ہاں ٹی وی کی طرف سے۔ اچھا اچھا اچھا، حسبِ حال جو کرتے ہیں نا۔ اچھا حسبِ حال جو، اس کی وجہ سے۔ اچھا اچھا اچھا، دل تے کر۔ ویسے کوئی مائنڈ ہوئے تھوڑا کہ یار میں بھی ہوں مطلب اس چیز ول چلا جاواں؟ او میں تن دسیا کہ ਬੜੀ ਦੇਰ ਤੋਂ ਬੁਲਾਉਂਦੇ ਨੇ, ਸਾਡਾ ਦਿਲ ਵੀ ਕਰਦਾ ਲੇਕਿਨ ਉਹ ਤੁਸੀਂ ਇੰਨੇ ਵੱਡੇ ਸਟਾਰ ਹੋ ਗਏ ਮਾਸ਼ਾਅੱਲਾ। ਬਸ ਉਹ ਕੰਮ ਟੀਵੀ ਜਿਹੜਾ ਹੈ ਨਾ ਜੀ, ਦੁਨੀਆ ਚੈਨਲ ਤੇ ਕੰਮ ਕਰਤਾ ਹੂੰ ਹਸਬੇ ਹਾਲ। ਹਾਂਜੀ ਹਾਂਜੀ ਬਿਲਕੁਲ ਸਰ, ਉਹ ਉਸਕੀ ਵਜ੍ਹਾ ਸੇ ਜਾਣ ਸਕਦੇ। ਸਰ ਲਾਸਟ ਇੱਕ ਕੁਐਸਚਨ ਤੁਹਾਡੇ ਕੋਲ ਪੁੱਛਣਾ ਸਰ, ਅੱਜ ਕੱਲ੍ਹ ਇੱਕ ਕੰਟਰੋਵਰਸੀ ਚੱਲ ਰਹੀ ਹੈਗੀ ਹੈ ਸੁਹੇਲ ਅਹਿਮਦ ਸਾਹਿਬ ਦੀ ਤੇ ਆਫਤਾਬ ਸਾਹਿਬ ਦੀ, ਕੀ ਕਹਿਣਾ ਚਾਹੋਗੇ ਤੁਸੀਂ ਉਸ ਬਾਰੇ? ਨਹੀਂ ਨਹੀਂ ਉਸ ਬਾਰੇ ਮੈਂ ਅਸੀਂ ਨਹੀਂ, ਮੈਨੂੰ ਭਰਾ ਨੇ ਬੜਾ ਆਪਸ 'ਚ ਉਹਨਾਂ ਦਾ ਪਿਆਰ ਮੁਹੱਬਤ ਹੈਗਾ ਵੇ, ਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਨਹੀਂ ਮੈਸੇਜ ਉਹਨਾਂ ਨੂੰ, ਉਹਨਾਂ ਦੇ ਸੇਲ ਸਾਹਿਬ ਸਾਡੇ ਉਸਤਾਦ ਨੇ। ਹਾਂਜੀ ਬਿਲਕੁਲ, ਇਸ ਨੇ ਤੇ ਉਹ ਵੀ ਲੈਜੈਂਡ ਹੈਗੇ ਨੇ ਸਾਡੇ ਪਾਕਿਸਤਾਨ ਦੇ, ਅਸਾਸਾ ਨੇ ਬਹੁਤ ਵੱਡਾ। ਜੀ ਹਾਂ, ਆਫਤਾਬ ਸਾਹਿਬ ਵੀ ਐਂਕਰ ਹੈ। ਹਾਂਜੀ, ਤੋ ਬਾਤ ਇਹ ਹੈ ਕਿ ਹਮ ਉਹਨਾਂ ਕੀ ਬਾਤ ਮੈਂ ਬੋਲ ਨਹੀਂ ਸਕਤੇ, ਉਹਨਾਂ ਦੀ ਆਪੀ ਸੁਲਾ ਹੋ ਜਾਏਗੀ। ਨਹੀਂ ਸੁਲਾ ਹੋ ਜਾਏਗੀ, ਬੜੇ ਲੋਕ ਹੈ, ਨੋ ਪ੍ਰੋਬਲਮ। ਠੀਕ ਹੈ ਸਰ, ਉਹ ਥੋੜਾ ਬਹੁਤ ਹੋ ਹੀ ਜਾਂਦਾ ਜ਼ਿੰਦਗੀ ਵਿੱਚ। ਹਾਂਜੀ ਸਰ, ਆਪਸ 'ਚ ਭੈਣ ਭਰਾਵਾਂ ਦਾ ਹੋ ਜਾਂਦਾ, ਸਕੇ ਭੈਣ ਭਰਾਵਾਂ ਦਾ ਹੋ ਜਾਂਦਾ, ਤੇ ਉਹਦੇ ਫਿਰ ਵੀ ਚਲੋ ਹੋ ਜਾਂਦਾ। ਜੀ ਹਾਂ ਜੀ ਹਾਂ ਜੀ ਹਾਂ ਜੀ, ਦੋਨੋਂ ਇੱਕ ਦੂਸਰੇ ਨਾਲ ਬੜੇ ਟਾਈਮ ਤੋਂ ਚੱਲ ਰਹੇ ਹੈਗੇ ਨੇ। ਬੜੇ ਲੋਕ ਹੈ, ਅੱਜ ਥੋੜਾ ਸਾ ਉਨਕਾ ਹੈ ਮਸਲਾ ਜੀ, ਕੱਲ ਇਨਸ਼ਾਅੱਲਾ ਸੁਲਾ ਵੀ ਹੋ ਜਾਏਗੀ, ਨੋ ਪ੍ਰੋਬਲਮ ਹੈ। ਸੁਲਾ ਸੇ ਮਰਾਦ ਕੇ ਮਤਲਬ ਇੱਕ ਹੀ ਸ਼ੋਭਾ ਹੈ ਹਮਾਰਾ ਸਭ ਕਾ। ਜੀ ਹਾਂ ਜੀ, ਅੱਛੇ ਲੋਕ ਹੈ ਸਰ, ਬੜੇ ਮਿਹਰਬਾਨ, ਬਹੁਤ ਸ਼ੁਕਰੀਆ ਤੁਸੀਂ ਇੰਨਾ ਟਾਈਮ ਦਿੱਤਾ ਸਾਨੂੰ, ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ ਜੀ। ਤੋ ਨਾਜ਼ਰੀਨ, ਆਜ ਹਮਾਰੇ ਸਾਥ ਮਸ਼ਹੂਰ ਐਕਟਰ, ਮਸ਼ਹੂਰ ਫਨਕਾਰ ਸਟੇਜ ਕੇ ਤਾਰਕ ਅਮਾਨ ਸਾਹਿਬ ਹੈ, ਤੋ ਹਮ ਉਨਸੇ ਬੜੀ ਮੁਸ਼ਕਿਲ ਸੇ ਟਾਈਮ ਲਿਆ ਤਾਰਕ ਅਮਾਨ ਸਾਹਿਬ ਸੇ, ਔਰ ਉਨਕੀ ਬੜੀ ਮਿਹਰਬਾਨੀ ਕਿ ਸਰ ਆਪਨੇ ਹਮੇਂ ਟਾਈਮ ਦਿਆ ਸਭਸੇ ਪਹਿਲੇ। ਆਪਕਾ ਸ਼ੁਕਰੀਆ। ਤੋ ਤਾਰਕ ਸਾਹਿਬ, ਮੁਝੇ ਯੇ ਬਤਾਏ ਕਿ ਕੈਸੀ ਲਾਈਫ ਚੱਲ ਰਹੀ ਹੈ? ਲਾਈਫ ਅੱਲਾਹ ਤਾਲਾ ਕੇ ਕਰਮ ਸੇ ਅੱਛੀ ਚੱਲ ਰਹੀ ਹੈ। ਅੱਛਾ ਸਰ, ਪੰਜਾਬੀ 'ਚ ਗੱਲ ਕਰ ਲਾ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ। ਨਹੀਂ, ਪੰਜਾਬੀ 'ਚ ਕਰਾਂਗੇ, ਅਸੀਂ ਪੰਜਾਬ ਦੇ ਹੀ ਹਾਂ। ਬਿਲਕੁਲ ਇੱਦਾਂ ਹੀ ਜੀ। ਤੇ ਸਰ ਮੈਨੂੰ ਇਹ ਦੱਸੋ ਕਿ ਪੰਜਾਬੀ ਫਿਲਮਾਂ ਦਾ ਕੀ ਹਿਸਾਬ ਕਿਤਾਬ ਚੱਲ ਰਿਹਾ ਅੱਜ ਕੱਲ੍ਹ, ਕੀ ਕਦੋਂ ਤੱਕ ਆ ਰਹੇ ਪੰਜਾਬੀ ਫਿਲਮਾਂ 'ਚ? ਪੰਜਾਬੀ ਲੈ ਕੇ ਪੰਜਾਬੀ ਫਿਲਮਾਂ ਦੇਖੋ ਨਾ, ਹੁਣ ਜਿਵੇਂ ਅਸੀਂ ਸਿੱਖਾਂ ਵੱਲੋਂ ਦੇਖੀਏ ਜੀ, ਚੜ੍ਹਦਾ ਪੰਜਾਬ ਜਿਹੜਾ, ਹਾਂਜੀ ਚੜ੍ਹਦਾ ਪੰਜਾਬ, ਉਹ ਵੀ ਸਾਡਾ ਪੰਜਾਬ ਹੀ ਹੈ। ਹਾਂਜੀ ਸਾਡਾ ਹੀ ਪੰਜਾਬ ਜੀ, ਤੇ ਬੜੀਆਂ ਅੱਛੀਆਂ ਫਿਲਮਾਂ ਬਣ ਰਹੀਆਂ, ਉਹਨਾਂ ਨੂੰ ਵੇਖ ਕੇ ਸਾਨੂੰ ਵੀ ਕਰਨਾ ਚਾਹੀਦਾ ਕਿ ਜਿਵੇਂ ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਫੜਦਾ, ਬਿਲਕੁਲ ਇਸ ਤਰ੍ਹਾਂ ਹੀ, ਤੇ ਸਾਨੂੰ ਵੀ ਬਣਨਾ ਚਾਹੀਦਾ ਅਸੀਂ ਵੀ ਅੱਛੀਆਂ ਫਿਲਮਾਂ ਨਹੀਂ ਬਣਾ ਸਕਦੇ? ਡੈਫੀਨੇਟਲੀ, ਕਿਉਂਕਿ ਉਹ ਸਾਡੇ ਕੋਲੋਂ ਉਹੀ ਕਲਚਰ ਹੈ ਸਾਡਾ, ਬਿਲਕੁਲ ਇੱਕੋ ਹੀ ਜ਼ੁਬਾਨ, ਇੱਕੋ ਜ਼ੁਬਾਨ, ਇੱਕੋ ਕਲਚਰ, ਤੇ ਜਦੋਂ ਉਹ ਅੱਛੀਆਂ ਫਿਲਮਾਂ ਬਣਾ ਸਕਦੇ ਅਸੀਂ ਕਿਉਂ ਨਹੀਂ ਅਸੀਂ ਕਮੇਡੀ ਦੀ ਫਿਲਮ ਬਣਾ ਸਕਦੇ ਜਿਹੜੀ ਫੈਮਿਲੀ ਆ ਕੇ ਦੇਖੇ ਤੇ ਉਹਨਾਂ ਨੂੰ ਇੰਟਰਟੇਨਡ ਮਿਲੇ, ਬਿਲਕੁਲ, ਤਾਂ ਕਿ ਐਸੀ ਫਿਲਮ ਬਣੇ ਤਾਂ ਕਿ ਫੈਮਿਲੀ ਫੁੱਲ ਫੈਮਿਲੀ ਦੇਖੇ ਤੇ ਇੰਜੋਏ ਕਰੇ, ਬਿਲਕੁਲ ਸਰ। ਇਹ ਨਾ ਹੋਵੇ ਕਿ ਜਿਹੜੀਆਂ ਮਾਰਦਾਰ ਦੇ ਉਹ ਪੰਜਾਬੀ ਫਿਲਮਾਂ ਜਿਹੜੀਆਂ ਬਣ ਰਹੀਆਂ ਉਹਨਾਂ ਦੇਖ ਦੇ ਕੇ ਲੋਕ ਉਤਸਾਹ ਕਰੇ, ਕਿਉਂਕਿ ਉਹ ਰਾਈ ਸਾਹਿਬ ਦਾ ਇੱਕ ਦੌਰ ਸੀ। ਇਸੇ ਤਰ੍ਹਾਂ ਸਾਡੀ ਫਿਲਮਾਂ ਜਿਹੜੀਆਂ ਪੰਜਾਬੀ ਬਣਨੀ ਚਾਹੀਦੀਆਂ, ਤਾਂ ਕਿ ਸਾਡੀ ਜਿਹੜੀ ਆਵਾਮ ਹੈ ਉਹ ਚਾਹੁੰਦੀ ਇੰਟਰਟੇਨਮੈਂਟ ਕਰਨਾ, ਕਿਉਂਕਿ ਫਰਸਟ੍ਰੇਸ਼ਨ ਟੈਨਸ਼ਨ ਚਲੀਆਂ ਨੇ ਸਾਡੇ, ਹੁਣ ਦੌਰ ਹੀ ਐਸਾ ਆ ਗਿਆ, ਮਹਿੰਗਾਈ ਜਿਵੇਂ ਆਇਆ, ਹਰ ਤਰ੍ਹਾਂ ਦੀ ਪਰੇਸ਼ਾਨੀਆਂ 'ਚ, ਲੇਕਿਨ ਉਹਦੇ 'ਚ ਅਗਰ ਪੰਜਾਬੀ ਫਿਲਮ ਇੰਟਰਟੇਨਮੈਂਟ ਆਸੇ ਆ ਜਾਵੇ ਸਾਡਾ ਤੇ ਇੱਥੇ ਦਾ ਕਨਸੈਪਟ ਬਣ ਚੁੱਕਿਆ ਹੋਇਆ ਨਾ ਕਿ ਜੀ ਈਦ ਦੇ ਈਦ ਦੀ ਫਿਲਮ ਰਿਲੀਜ਼ ਕਰਨੀ ਹੈ, ਉਸ ਤੋਂ ਪਹਿਲੇ ਫਿਲਮ ਰਿਲੀਜ਼ ਨਹੀਂ ਹੋਣੀ, ਇਸ ਤਰ੍ਹਾਂ ਤਾਂ ਨਹੀਂ ਹੈਗਾ ਕਿ ਸਰ ਫਿਲਮ ਤਾਂ ਰਿਲੀਜ਼ ਕਰਨੀ ਚਾਹੀਦੀ? ਲਾਜ਼ਮੀ ਗੱਲ ਤਾਂ ਨਹੀਂ ਕਿ ਲੋਕ ਈਦ 'ਤੇ ਹੀ ਵਿਹਲੇ ਹੁੰਦੇ ਨੇ, ਈਦ 'ਤੇ ਹੀ ਫ੍ਰੀ ਹੁੰਦੇ ਨੇ? ਇਹ ਤਾਂ ਜਿਹੜੇ ਸਾਡੇ ਪ੍ਰੋਡਿਊਸਰਸ ਨੇ ਹਜ਼ਰਾਤ, ਉਹਨਾਂ ਨੂੰ ਚਾਹੀਦਾ, ਕਿਉਂਕਿ ਅਗਰ ਫਾਈਨੈਂਸ਼ੀਅਲ ਹੋਏਗਾ, ਫਾਈਨੈਂਸ਼ੀਅਲ ਹੋਏਗਾ ਤਾਂ ਫਿਰ ਕੁਛ ਨਾ ਕੁਛ ਹੋਏਗਾ ਨਾ ਸਰ। ਡੈਫੀਨੇਟਲੀ ਵੇਖੋ ਨਾ, ਈਦ 'ਤੇ ਵੀ ਤਾਂ ਉਹਨਾਂ ਕੋਲ ਫਾਈਨੈਂਸ਼ੀਅਲ ਹੁੰਦੀਆਂ ਨੇ ਨਾ, ਠੀਕ ਹੈ, ਤੇ ਈਦ 'ਤੇ ਵੀ ਤਾਂ ਫਿਲਮਾਂ ਰਿਲੀਜ਼ ਕਰਦੇ ਨੇ, ਤੇ ਮਤਲਬ ਪੂਰੇ ਸਾਲ ਦੇ ਵਿੱਚ ਵੀ ਫਿਲਮਾਂ ਰਿਲੀਜ਼ ਕਰ ਸਕਦੇ ਨੇ ਮੇਰੇ ਖਿਆਲ ਨਾਲ, ਅਗਰ ਅੱਛੀ ਉਹਨਾਂ ਕੋਲ ਸਟੋਰੀ ਹੋਵੇ? ਕਰ ਸਕਦੇ ਨੇ, ਕਿਉਂਕਿ ਉਹ ਸਿਰਫ ਉਹ ਇਹਨਾਂ ਨੇ ਕਾਰੋਬਾਰ ਬਣਾ ਲਿਆ, ਠੀਕ ਹੈ, ਕਾਰੋਬਾਰ ਨਹੀਂ ਹੁੰਦਾ ਚਾਹੀਦਾ, ਇੱਕ ਲਾਈਨ ਨੂੰ ਲੈ ਕੇ ਚੱਲਿਓ ਤੇ ਉਹਨੂੰ ਲਾਈਨ ਨੂੰ ਪੱਕਾ ਕਰੋ। ਵੇਖੋ ਨਾ, ਹੁਣ ਸਾਡੇ ਚੜ੍ਹਦੇ ਪੰਜਾਬ ਵਾਲੇ ਜਿਹੜੇ ਸਾਡੇ ਸਿੱਖ ਬਰਾਦਰੀ ਭਰਾ ਨੇ ਸਾਡੇ, ਉਹ ਵੇਖੋ ਕਿ ਆਪਣਾ ਕਲਚਰ ਜਿਹੜੇ ਹੈਗੇ ਨੇ ਉਹ ਨਹੀਂ ਛੱਡ ਰਹੇ, ਆਪਣੇ ਕਲਚਰ ਤੋਂ ਨਹੀਂ ਹਟ ਰਹੇ ਹੈਗੇ, ਠੀਕ ਹੈ, ਔਰ ਆਪਣੇ ਕਲਚਰ ਨੂੰ ਪ੍ਰਮੋਟ ਕਰ ਰਹੇ ਨੇ ਉਹ, ਠੀਕ ਹੈ। ਸਾਡੇ ਪ੍ਰੋਡਿਊਸਰ ਹਜ਼ਰਾਤ ਉਹ ਕਹਿੰਦੇ ਨੇ ਨਹੀਂ ਜੀ, ਸਾਨੂੰ ਇਹ ਨਹੀਂ ਚਾਹੀਦਾ, ਈਦ ਦੀ ਫਿਲਮ ਬਣਾਵਾਂਗੇ ਜਾ ਕੇ ਪੈਸਾ ਕਮਾ ਲਈਏ। ਹਾਂਜੀ, ਉਹ ਪੈਸਿਆਂ ਦੇ ਚੱਕਰ 'ਚ ਨੇ, ਉਹ ਪੈਸਿਆਂ ਦੇ ਚੱਕਰ 'ਚ ਨਹੀਂ ਹੈ,
ਉਹ ਕਹਿੰਦੇ ਸਾਡਾ ਕਲਚਰ ਪਰ ਜਿਹੜਾ ਪ੍ਰਮੋਟ ਹੋਣਾ ਚਾਹੀਦਾ, ਪ੍ਰਮੋਟ ਹੋਣਾ ਚਾਹੀਦਾ ਬਿਲਕੁਲ। ਹਾਂ ਐਸੀ ਚੀਜ਼ ਤੋਂ ਸਰ ਕਾਮਯਾਬ ਵੀ, ਹਾਂ ਜੀ ਬਿਲਕੁਲ ਕਾਮਯਾਬ ਤੇ ਤਾਂ ਤੁਸੀਂ ਇੱਕ ਅੱਛੀ ਚੀਜ਼ ਲੈ ਕੇ ਚੱਲੋਗੇ, ਬਿਲਕੁਲ ਤੁਹਾਡਾ ਜਿਹੜਾ ਨਜ਼ਰੀਆ ਅੱਛਾ ਹੋਏਗਾ ਜੀ, ਜਦੋਂ ਨਜ਼ਰੀਆ ਅੱਛਾ ਨਹੀਂ ਤੇ ਫਿਰ ਤੁਸੀਂ ਕੀ ਕਰ ਸਕਦੇ ਹੋ, ਕੁਛ ਵੀ ਨਹੀਂ। ਪਾਕਿਸਤਾਨ ਕਿਸੇ ਦਾ ਬਣਿਆ, ਇੱਕ ਨਜ਼ਰੀਆ ਸੀ ਕਿ ਪਾਕਿਸਤਾਨ ਬਣਨਾ ਚਾਹੀਦਾ, ਮੁਸਲਿਮ ਜਿਹੜੀ ਸਲਤਨਤ ਦੀ ਹੋਣੀ ਚਾਹੀਦੀ ਹੈ, ਅਲੱਗ ਹਕੂਮਤ ਹੋਣੀ ਚਾਹੀਦੀ ਪਾਕਿਸਤਾਨ 'ਚ। ਉਹਨਾਂ ਬਣਾਇਆ ਤਦ ਕਾਇਦ ਆਜ਼ਮ ਨੇ ਇੰਨੀ ਜਦੋ ਜਹਦ ਕੀਤੀ, ਉਹਨਾਂ ਜਿੰਨੇ ਹਵਾਰੀ ਸਨ ਜਿੰਨੇ ਉਹਨਾਂ ਨਾਲ ਮਿਲ ਕੇ, ਤਦ ਹੁੰਦਾ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ। ਸਭ ਨੇ ਹਮੇ ਬਹੁਤ ਅੱਛਾ ਟਾਈਮ ਦੀ, ਆਪਣੇ ਬਿਜ਼ੀ ਟਾਈਮ ਮੇਂ ਸੇ ਬਹੁਤ ਸ਼ੁਕਰੀਆ ਆਪਨੇ ਕਿ ਸੱਚੀ ਬਾਤੇ ਆਪਨੇ ਕਰਵਾਈ, ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ ਸਰ, ਆਪਕਾ ਬਹੁਤ ਸ਼ੁਕਰੀਆ ਆਪਨੇ ਟਾਈਮ ਦਿਆ। ਓ ਬਿਸਮਿਲ੍ਲਾ, ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਸਰ, ਕਿਵੇਂ ਹੋ? ਕੀ ਬਾਤ ਹੈ ਜੀ, ਅੱਲਾਹ ਦਾ ਸ਼ੁਕਰ ਹੈ ਜੀ, ਤੁਸੀਂ ਕਿਵੇਂ ਹੋ? ਸਰ ਬਿਲਕੁਲ ਠੀਕ, ਤੁਹਾਡੇ ਸਾਹਮਣੇ ਮਾਸ਼ਾਅੱਲਾ। ਇੱਥੇ ਕਾਰਟੂਨ ਛੱਡੇ ਜੀ? ਨਹੀਂ ਸਰ, ਇਹ ਬੜੇ ਫਨਕਾਰ ਨੇ। ਹੋ ਰੱਬ ਦੀ ਸੌ ਮੰਨੇ, ਹੋ ਰੱਬ ਦੀ ਸੌ ਕਦੀ ਤੂੰ ਵੀ ਮੰਨੇ। ਹੋ ਦੇਖੋ ਹੇ ਟਿਕਟ ਟਿਕਟ ਡੋਲੋ, ਹੇ ਟੁੱਟੇ ਭੱਜੇ ਬੱਚੇ ਮੂੰਹ ਖੋਲ ਕੇ ਬੋਲੋ। ਹੰਜੀ ਆ ਗਏ ਇੰਟਰਨੈਸ਼ਨਲ ਫਕੀਰ ਤੇ ਕਿੰਨੀ ਹਜ਼ਮਤੀ ਕੀਰ ਤੇ ਦੁਖੀ ਅਮਸੀਰ, ਜੋਗੀ ਬਾਦਸ਼ਾਹ ਹਾਂ ਮਿਰਚਾਂ ਕੌੜੀਆਂ ਬੇਤਹਾਸ਼ਾ, ਜੋਗੀ ਬਾਦਸ਼ਾਹ ਅਸੀਂ ਤੁਹਾਨੂੰ ਮਰੂਦਾਂ ਦੇ ਬਾਗ, ਨਾਰਾਂ ਦੇ ਬਾਗ ਤੇ ਸੇਬਾਂ ਦੇ ਬਾਗ 'ਚ ਲੱਭ ਰਹੇ, ਆਹ ਤੁਸੀਂ ਕੰਢਿਆਂ ਦੇ ਬਾਗ 'ਚ ਡੇਰੇ ਲਾਏ ਨੇ। ਹੀਰ ਨੂੰ ਸੱਪ ਲੜ ਗਿਆ ਤੇ ਸੱਪ ਨੂੰ ਹੀਰ, ਉਹ ਕਿਹੜਾ ਕਹਿਣਾ ਚਾਹੋ? ਜੋਗੀ ਬਾਦਸ਼ਾਹ ਹੀ ਨਸੋ ਤੋਲੇ ਦੇ ਪਰ ਪਾਇਆ ਉਹ ਰੱਬ ਦੀ ਸੌ, ਮੈਂ ਤੇ ਚਾਹੁੰਦਾ ਵਾ ਮੇਰੇ ਘਰ ਲਾ ਪੁੱਤਰ ਦੇਵੇ, ਤੁਹਾਡੇ ਸਿਰ 'ਚ ਸੁਆਹ ਪਾ ਕੇ ਮੈਂ ਤੁਹਾਡਾ ਹੀ ਮਰੀਦ ਕਰਾਵਾਂ। ਹਾਂ ਵੇਖੋ ਜੀ ਮੇਰੀ ਗੱਲ ਹੈ ਵੀ, ਹੋ ਇੱਕ ਫਨਕਾਰ ਦੇ ਬੂਹਾਂ 'ਤੇ ਫਨਕਾਰ ਆਏ, ਹੋ ਰੱਬ ਦੀ ਸੌ ਮੈਨੂੰ ਅੰਦਰ ਵੀ ਜਾਣ ਦਿਓ। ਹੋ ਕਿਉਂ ਉਹ ਚੜ੍ਹਦੇ ਸੂਰਜ ਦਾ ਰਸਤਾ ਰੋਕਣ ਦਿਓ? ਆਹ ਕਿਉਂ ਪੱਟੀ 'ਚ ਕੁੰਦਲ ਬਣਨ ਵਾਲੇ ਸੋਨੇ ਨੂੰ ਤੁਸੀਂ ਕਿਉਂ ਮਿੱਟੀ 'ਚ ਰੋਲਣ ਦਿਓ? ਹੋ ਕੀ ਗੱਲ, ਹੋ ਗੱਲ ਤਾਂ ਇਹ ਵੀ ਕਿ ਮੈਂ ਹੋ ਕੋਈ ਫਿਲਮਾਂ 'ਚ ਕੰਮ ਕਰਨਾ ਚਾਹੁੰਦਾ, ਮਾਹੌਲੀਆਂ ਕਰਨਾ ਚਾਹੁੰਦਾ ਵਾ, ਬਲਕਿ ਹਸਾਉਣਾ ਚਾਹੁੰਦਾ। ਹੁਣ ਨੰਨਾ ਸਾਹਿਬ ਸਲਾਮ ਅਲੈਕਮ, ਉਹ ਕੀ ਗੱਲ ਤੈਨੂੰ ਪੈਸੇ ਚਾਹੀਦੇ ਨੇ? ਹੁਣ ਨਹੀਂ ਜੀ, ਹੋਰ ਦੇਖੋ ਜੀ ਮੈਂ ਵੀ ਮਾਹੌਲੀਆਂ ਕਰਾਂਗਾ, ਉਹ ਕੀ ਕਰਾਂਗਾ ਦੁੱਖ ਤਾਂ ਕਰਾਂਗਾ ਜੀ, ਉਹ ਸਾਡੇ ਗੀਟਿਆਂ 'ਚ ਬਹਿਣਾ, ਲਓ ਜੀ ਤੁਹਾਡੇ ਗੀਟੇ ਝਾੜ ਦਿੰਦੇ। ਲਵ ਯੂ ਸਰ, ਲਵ ਯੂ ਸੋ ਮਚ। ਹੇ ਮੇਰੇ ਬੜੇ ਪਿਆਰੇ ਦੋਸਤ ਨੇ, ਕਾਇਦ ਵਾਲ ਨੇ ਇਹਦੇ ਕਿਸ਼ਤਾਂ 'ਤੇ, ਇੱਕ ਕਿਸ਼ਾਰ ਸੀ ਉਹਨੂੰ ਗੁੱਸਾ ਚੜ੍ਹਿਆ, ਉਹ ਲਾਹ ਕੇ ਲੈ ਗਿਆ, ਕਹਿੰਦਾ ਸਾਡੇ ਭਰਾ ਦਾ ਰੋਟੀਆਂ ਲਾਉਣ ਵਾਲੀ ਗੱਦੀ ਅਰਗਾ ਮੂੰਹ। ਓਏ ਮੇਰਿਆ ਭਰਾਵਾ, ਹੋਰ ਰੱਬ ਦੀ ਸੌ ਚੜੇਲਾਂ ਦਾ ਸ਼ਨਾਖਤੀ ਕਾਰਡ ਹੁੰਦਾ, ਉਹ ਕੀ ਕਹਿ ਰਿਹਾ ਮੰਨੇ? ਹੋ ਰੱਬ ਦੀ ਸੌ ਕਦੀ ਤੂੰ ਵੀ ਮੰਨੇ। ਦੇਖੋ ਜੀ ਜਿਹੜੇ ਸਾਡੇ ਮੁਲਕ ਦੇ ਹਾਲਾਤ ਨੇ, ਬੜੇ ਬੱਬਰ ਸ਼ੇਰ ਆ ਗਏ ਨੇ, ਬੜੇ ਪਿਆਰੇ ਆ ਗਏ ਨੇ, ਸਾਰੇ ਕੰਮ ਸਿੱਧੇ ਹੋ ਜਾਣਗੇ। ਰਲ ਮਿਲ ਕੇ ਸਾਰੇ ਫਨਕਾਰਾਂ ਦੀ ਇਹੀ ਦੁਆ ਕਿ ਸਾਡਾ ਸੋਹਣਾ ਪਾਕਿਸਤਾਨ ਜ਼ਿੰਦਾਬਾਦ, ਬੱਬਰ ਸ਼ੇਰ ਪਾਕਿਸਤਾਨ ਜ਼ਿੰਦਾਬਾਦ। ਯੇ ਵੋ ਕੌਮ ਹੈ ਜੋ ਪਿਆਰ ਸੇ ਸਭ ਕੋ ਆਪਣੇ ਸਾਥ ਕਰ ਲੇਤੀ ਹੈ, ਔਰ ਹਮ ਫਨਕਾਰ ਲੋਗ ਹੈ ਆਪ ਸਭ ਕੋ ਦਿਲ ਸੇ ਦੁਆ ਦੇਤੇ ਹੈਂ। ਕਿਉਂ ਮੇਰੇ ਭਾਈ ਹੱਥ ਕੀ ਸਫਾਈ, ਮੂੰਹ ਬੱਕਰੀ ਦਾ ਤੜਕ ਉਹਦੇ ਦਾ ਪਵਾਉਂ? ਯੇ ਦੇਖੋ ਜੀ ਆਈ ਲਵ ਯੂ ਸਰ, ਭਾਈ ਇਹ ਮੁਹੱਬਤ ਹੈ ਕਿ ਮਾਸ਼ਾ ਅੱਲਾ ਕੀ ਇਹ ਤੁਸੀਂ ਕਿ ਸਾਈਕਲ ਚੋਰ ਫੜਿਆ? ਸਾਈਕਲ ਬੋਲਦੀ ਪਈ ਹੈ, ਦੇਖੇ ਗੱਦੀ ਤੋਂ ਵੋ ਪੜੀ ਹੋਈ ਹੈ, ਇਹ ਬੱਚੋ ਕੀ ਸਾਈਕਲ ਕੀ ਬਾਤ ਕਰ ਰਹੇ, ਕੈਸਾ ਇਨਕਾ ਛੋਟੇ ਖਰਗੋਸ਼ ਹੈ ਸਮੂਹ ਹੈ। ਇਹ ਹਮਾਰੇ ਭਾਈ ਹੈ, ਇਨਕਾ ਨਾਮ ਤਾਰਕ ਮਾਨ ਹੈ, ਮੈਂ ਵੀ ਇਨਕੀ ਕਦਰ ਕਰਤਾ ਹੂੰ, ਸਲੂਟ ਮਾਰਤਾ ਹੂੰ, ਕਿਉਂਕਿ ਇਹ ਹਮਾਰੇ ਮੁਲਕ ਕੇ ਵੋ ਫਨਕਾਰੋਂ ਮੇਂ ਫਨਕਾਰ ਹੈ। ਹਮਨੇ ਵੀ ਅੱਲਾ ਜਨਤੇ ਨਸੀਬ ਕਰੇ ਸੁਲਤਾਨ ਰਾਹੀ ਸਾਹਿਬ ਕੇ ਕਾਲ ਕਾਮ ਕੀਆ ਫਿਲਮਾਂ ਮੇਂ, ਮੁਸਾ ਕੁਰੈਸ਼ੀ ਸਾਹਿਬ ਕੇ ਸਾਥ ਕਾਮ ਕੀਆ, ਸ਼ਾਨ ਸਾਹਿਬ ਕੇ, ਮੁਮਰ ਰਾਣਾ ਸਾਹਿਬ ਕੇ ਸਾਥ, ਪਾਕਿਸਤਾਨ ਕੇ ਸੁਪਰ ਸਟਾਰੋ ਕੇ ਸਾਥ ਵੀ ਕਾਮ ਕੀਆ, ਜਵੇਦ ਸ਼ੇਖ ਸਾਹਿਬ, ਕਿਆ ਬਾਤ ਹੈ, ਜੋ ਉਨਕੋ ਮੈਂ ਸਲੂਟ ਮਾਰਤਾ ਥਾ ਤੋ ਵੋ ਐਸੇ ਨਿਕਲ ਕੇ ਗੂੰਗਾ, ਉਨਕਾ ਸੈਕਟਰੀ ਹੋਤਾ ਥਾ ਐਵਰ ਨਿਊਜ਼ ਸਟੂਡੀਓ ਮੇਂ ਸ਼ੀਸ਼ੇ ਵਾਲਾ ਦਫ਼ਤਰ, ਜਵੇਦ ਸ਼ੇਖ ਸਾਹਿਬ ਪਿਆਰੇ ਖੂਬਸੂਰਤ ਸੇ, ਮੁਝੇ ਵੈਸੇ ਹਮਾਰੇ ਮੁਲਕ ਮੇਂ ਬਹੁਤ ਫਨਕਾਰ ਹੈ, ਐਸੀ ਹੈ, ਬਿਲਕੁਲ ਐਸੀ ਹੈ। ਸਟੇਜ ਕੀ ਦੁਨੀਆ ਮੇਂ ਅਮਾਨੁੱਲਾ ਸਾਹਿਬ, ਬਿਲਕੁਲ ਕਿਆ ਬਾਤ ਹੈ, ਹਮਾਰੇ ਉਸਤਾਦ ਬਾਪ ਲੋਗ ਆਲਾ ਮੁਕਾਮ ਅਤਾ ਕਰੇ, ਅੱਲਾ ਉਨਕੋ ਜਨਤੋਂ ਮੇਂ, ਬੱਬੂ ਬਰਾਲ ਸਾਹਿਬ, ਮਸਤਾਨਾ ਸਾਹਿਬ, ਆਬਦ ਖਾਨ ਸਾਹਿਬ, ਮਤਲਬ ਕਿ ਜਿਤਨੇ ਆਲਾ ਆਲਾ, ਨੈਤ ਲੋਹਰੀ ਸਾਹਿਬ, ਕਿਆ ਬਾਤ ਹੈ, ਫਿਰ ਸ਼ੋਕੀ ਖਾਨ ਸਾਹਿਬ, ਕਿਆ ਬਾਤ ਹੈ, ਬੱਬਰ ਸ਼ੇਰ ਤੇਜ਼ ਗਮ ਸ਼ੁਰਲੀ, ਕਿਆ ਬਾਤ ਹੈ, ਉਨਕੋ ਫਿਰ ਅੱਲਾ ਜਨਤੋਂ ਮੇਂ ਗਰ ਕਰੇ, ਇੱਕ ਐਕਟਰ ਕਾ ਕਹਿਣਾ ਪੜੇਗਾ, ਵੋ ਹਮਾਰੇ ਬੜੇ ਪਿਆਰੇ, ਔਰ ਤਾਰਕ ਡੈਡੀ ਸਾਹਿਬ, ਉਹ ਵੀ ਤੇਜ਼ ਗਮ ਤੇ ਠਾ 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 ਠਾ, ਹਾਂ ਉਹ ਵੀ ਬੜੇ ਪਿਆਰੇ ਸੀ, ਉਨਕੇ ਸਾਥ ਹਮਨੇ ਕਾਮ ਕੀਆ ਇਧਰ ਕਲਫਲਾ ਮੇਂ, ਮੁਝੇ ਫਿਰ ਵਹੀਂ ਸੇ ਪਹਿਲਾ ਰੋਲ ਜੋ ਮਿਲਾ ਨਾ, ਫਿਰ ਆਸ ਪਹਿਲੇ ਮਤਲਬ ਕਿ ਮੈਨੇ ਬਹੁਤ ਕੀਏ ਹੈ ਕਰਦਾਰ ਛੋਟੇ ਛੋਟੇ, ਕਿ ਮੈਂ ਦਿਲ ਮੇਂ ਇੱਕ ਫਨਕਾਰ ਕਰਤੇ ਰਹੇਗੇ ਜਬ ਤੱਕ ਜ਼ਿੰਦਗੀ ਹੈ, ਜੀਣਾ ਯਹਾਂ ਮਰਨਾ ਯਹਾਂ, ਇਸਕੇ ਸਿਵਾ ਜਾਣਾ ਕਹਾਂ,
तो मैंने ये सारे काम किए, मेहनत की, तो आस्था आस्था निकल के सेल साहब की टीम में भी काम किया। अच्छा माशाल्लाह। इमराव जाने था, उसमें हम स्टूडेंट बने थे। अच्छा, अच्छा। और सेल साहब बब्बर शेर क्या बहुत बड़े फनकार है माशाल्लाह। इधर दुनिया चैन में भी मैंने उनके साथ कवाली में आया था, बुलवाया था, उन्होंने बड़ी इज्जत की। मतलब कि वो सेल साहब भी बब्बर शेर हैं हमारे उस्तादों में, उस्तादों के उस्तादों में लेजेंड है जी, वो लेजेंड है। क्या हाँ जी, उमर शरीफ साहब जी, अलबेला साहब, रंगीला साहब, पापा में जिसे प्यार करती हूँ वो बहुत मेहनती है। और की गल कुड़िए, और तू राजा मजदूरा के मुंडे ने ब्याह कर रही है, आज छाते दे आऊं। क्लैपिंग हो रही है। जफरी खान साहब हाँ बैठो बैठो, क्या डाला, क्या बात है, इतने अच्छे इंसान, इतने प्यारे, हमें फख्र है, प्यार से बुलाते हैं भाजी लहरी साहब। मैं कहना यार अल्लाह तेन होर रिश्ता दे। कि मैं जिन फनकारों के साथ भी काम किया, नासिर जनियोटी साहब, क्या बात है, वो भी मैं उनका बहुत बड़ा फैन हूं नासिर जनियोटी साहब, वो भी अब इस फिल्म में बड़ी ख्वाहिश है मेरी उनसे मिलने की। मान चंद साहब हाँ जी, सिक्स सही बात है, चक्का पैसे है। काफी मैंने उनके साथ प्ले किए, ड्रामे किए, और हमें बड़ा कुछ सीखने में मिलता है। और बड़ा पहले मैं तो एक वैसे भी सादा सा इंसान हूँ, मैंने अच्छी बात और साफ बात करनी है, स्टेज पे भी मैंने कभी ऐसी बात नहीं की, क्योंकि मैं पिक करता हूँ माना चंद साहब को। अच्छा अच्छा माशाल्लाह। कि वो बस यार मिलजुल के काम करो, एक दूसरे ने हिस्सा दो, थोड़ा ये मोहब्बत प्यार ना उन्होंने थोड़ा थोड़ा साथ करो। फिर शहजादे फनकार नसीम विकी साहब हाँ जी, क्या बात है यार, बिल्कुल नसीम, वो भी यकीन करो अल्लाह उनको जिंदगी तंदुरुस्ती दे। मैंने उनके साथ काम किया है, मेरी खुश नसीबी है कि वो प्यार, आई लव यू नसीम विकी साहब, मतलब कि प्यार किया है। बाकी सारे पाकिस्तान के फनकार अच्छे हैं, बाहर के मुल्कों के भी फनकार अच्छे हैं, सब हम बरादरी हैं, बाहर के मुल्क इंडिया के सब जितने भी फनकार दुनिया में है सबके हम भाई हैं, वो हमारे भाई। थैंक यू लारी साहब, आपने बड़ा टाइम दिया हमें और बड़ा अच्छा मुजाहिरा करके दिखाया हमें, हमारे ऑडियंस को भी आपने खुश किया इंशाल्लाह। पाकिस्तान जिंदाबाद। थैंक यू सर, आपका भी शुक्रिया जी। जी तो नाज़रीन, आज आपने देखा है कि ये हमारे स्टेज के, फिल्म के, ड्रामे के सीनियर एक्टर हैं ये सारे, और पाकिस्तान का सासे हैं ये। आज हम इनके पास आए थे, इन्होंने बड़ी हमारी खिदमत की, हमें बड़े अच्छे तरीके से वेलकम किया, और थके हुए थे अच्छे खासे, लेकिन फिर भी हमें इन्होंने टाइम दिया, मैं इनका बड़ा शुक्रिया अदा करता हूँ। अपने मेज़बान अदनान खान को इजाज़त दें, कैमरा मैन नुमान गोरी के साथ अल्लाह हाफिज़।